ना गंदिया चीजा खावे तो ना तेरा गला बवे। खान साहब बड़े गरारे कर लो हुण फंक्शन कोनी जाके दड़ा लिपो। ओए आउट दी मां औरत आ ओ मेनू आखदी पिए दड़ा लिंबो रोजी दी जाग तक कड्डी खलिया है। ओए बड़ी कूड़ किस्म दी औरत है, इहदे नाल मत्था ना लाया कित कर। ते नाले गल सुन, जोग तो मैं हुण उंजी छड्ड देनी है ना, हुण मैं उतले सुरां च गाना गाना शुरू कर देना। जिस तरीके अल्लाह दित्ता लूणे वाला गांदा हा, मैं ओवें गावांगा। उस्ताद जी उतले सुरां तू याद आया साहब, तू उच्चा सुर तक खोते दोंदा, ओ सारी रात हिंगदा, ओनु दमी नाल उठ के कोई नहीं आंदा। क्या बात है खान साहब, बड़ा अच्छा गाया है। मैं तेरे दंद बन लैणे नी। ओए इयो जे फालतू लतीफे ना सुनाया किते कर फिक्के, ए दंद कटदी पई है। दसो ओए हुंदी आदत है साजी हसी रखना, ओ मेरी गल ते नहीं तेरी गल ते भी ओ हसदी है। तेरी गल ते हसदी भी है कि जड तू आखे आगा साहब तू उच्चा जड सो रहे ना, ओ खोते दे है। मां सही आख्या, तेरी गल गलत नहीं है। बस अंदर जाके वाजा चा लिया, रियाज कर लिए। रियाज करन ते कोई जरूरत नहीं है कि जाके टेमिया करे, आटा कोई नहीं मेरे कोल। ਹੁਣ ਸਾਜੀ ਪਹਿਲੂ ਵਾਜਾ ਚਾਵਣਾ ਜਾਂ ਪਹਿਲੂ ਪਿੰਨਣ ਜਾਵਣਾ ਮੈਂ ਦੱਸ ਲਾ। ਬੇਟਾ ਜੀ ਆਪਾਂ ਟਿੰਮਣ ਜਾਣਾ ਹੀ ਆ ਨਾ, ਫਿਰ ਵੀ ਵਾਜਾ ਤਾਂ ਚੁੱਕਣਾ ਹੀ ਪੈਣਾ ਹੈ ਨਾ। ਹਾਂ ਇਹ ਤਾਂ ਹੱਕ ਦੀ ਗੱਲ ਹੈ, ਹੱਕ ਦੀ ਗੱਲ ਹੈ ਤਾਂ ਉੱਠ ਕੇ ਜਾ ਵਾਜਾ ਚੁੱਕ ਕੇ ਲਿਆ। ਤਾਬੇਦਾਰ ਗੱਲ ਸੁਣ ਮੇਰੀ, ਕੀ ਹੈ ਥੋੜੀ ਤੂੰ ਵੀ ਮੇਰੇ ਨਾਲ ਪ੍ਰੈਕਟਿਸ ਕਰ ਲਵੇ ਨਾ, ਯਕੀਨ ਕਰ ਆਪਣੀ ਜੋੜੀ ਇੰਜ ਬਣ ਜਾਵੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਔਰ ਮਲਕਾ ਤਰਨਮ ਨੂਰ ਜਹਾਂ। ਆਏ ਵੇਖ ਮੈਂ ਤੇਰੇ ਕੋਲ ਨਹੀਂ ਸਿੱਖੂ ਹੈਗੀ, ਜਿਵੇਂ ਤੇਰੀ ਬੇਸੁਰੀ ਆਵਾਜ਼ ਨਾਲ ਮੈਨੂੰ ਬੇਸੁਰਾ ਕਰੂ ਹੈਗਾ। ਕੁਛ ਅੱਗੇ ਮਾੜੀ ਮੋਟੀ ਆਵਾਜ਼ ਮੇਰੀ ਠੀਕ ਹੈ, ਮੈਂ ਗਾਣੇ ਗੁਣੇ ਕਰ ਲੈਣੀ ਚਾਹ ਚ। ਅੱਗੇ ਬੜੀ ਤੂੰ ਸੋਹਰੇ ਚ ਹੈ, ਹੈ ਤੇਰੀ ਆਵਾਜ਼ ਆਈ ਹੈ ਜਿਵੇਂ ਕਾਂ ਦੀ ਆਵਾਜ਼ ਹੁੰਦੀ। ਹਾਂ ਤੇਰੀ ਆਵਾਜ਼ ਆਈ ਹੈ ਜੋ ਕੋਇਲ ਦੀ ਹੁੰਦੀ, ਬੋਲਨੇ ਤੇ ਗਾਂ ਗਾਂ ਹੁੰਦੀ ਜੇ ਪਾਟਾ ਸਪੀਕਰ ਬੋਲਦਾ। ਉਹ ਸਾਜੀ ਤੁਹਾਡੇ ਸਾਗ ਤੇ ਵੀ ਮੈੜਾ ਫਿਰਿਆ ਪਿਆ, ਤੁਹਾਡੇ ਵੀ ਐਡਾ ਸੋਹਰ ਕੰਮ ਦਾ ਕੋਈ ਨਹੀਂ। ਤੂੰ ਫਿਰ ਇੱਥੇ ਕੀ ਮੇਰੇ ਕੋਲ ਅੰਬ ਲੈਣਾ ਹੈ, ਤੂੰ ਕੀ ਸਿੱਖਦਾ ਪਿਆ, ਜਾ ਕਿਸੇ ਹੋਰ ਕੋਲ ਸਿੱਖ। ਉਹ ਸਾਜੀ ਤੁਹਾਡੇ ਕੋਲ ਮੈਂ ਖੱਲਾ ਪੌਲਾ ਸਿੱਖਦਾ ਪਿਆ, ਵਾਕ ਕਿਤੇ ਜਾਵਾਂ ਮੈਂ। ਜਿਹਦੇ ਮੂੰਹ ਆਵੀ ਉਹਦੇ ਵਗ ਜਾ। ਸਾਜੀ ਜਿਤਨੇ ਦੇ ਮੇਰੀ ਹੁਣ ਜ਼ਿੰਦਗੀ ਮੈਂ ਤੇਰੇ ਕੋਲ ਆ। ਆ ਮੁਸਕਾਨ ਆਇਆ ਖਲੋਤਾ ਤੇ ਵਾਜਾ ਚਾ ਕੇ ਅੰਦਰ ਲੈ ਜਾ, ਉਹਦੇ ਮੈਂ ਪੈਸੇ ਦੇਣੇ ਨੇ। ਮੈਨੂੰ ਪਤਾ ਹੈ ਉਹ ਨਾ ਵਾਜਾ ਚਾ ਕੇ ਲੈ ਜਾਵੇ। ਨਹੀਂ ਵਾਜਾ ਨਹੀਂ ਦਿੰਦਾ ਮੈਂ, ਸਾਰਾ ਹਿਸਾਬ ਕਲੀਅਰ ਕਰ ਲੈ ਸਾਂ ਤੇ ਤੂੰ ਵੀ ਮੂੰਹ ਵਿੱਚ ਉੱਥੇ ਕੁਛ ਬੋਲ ਲਿਆ ਕਰੀ। ਬੇਫਿਕਰ ਹੋ ਜਾ। आओ आओ मुस्कान मेरी जान। कुमावा पान जानते मैं तेरी बाण जानी है, ते अगला पिछला सारा मेरा हिसाब के लिए रिकार है। ओ दिन तू फंक्शन ते लेके गया ते बंदिया ने काज सटिया, ते मैं तेरी खातिर काज दे उत्ते नचिए, ते 2 महीने पूरे मेरे पैरों दे विच जख्म बने रहे ने। ओए होए मुस्कान तू ता बड़ा गुस्से विच आई खड़ती है, इत्थे आके मेरे कोल बह के ठंडे दिमाग नाल कर। चल कोई शरबत शुरबत दा गिलास लेके आ ते मुस्कान नु पिवा। उस्ताद जी घरे लूण भी कोई नहीं ते शरबत मैं किस नाल बना लवां। ओए हां नो शरबत दी गल करदा पिया। रमजी मैं तेरी सारिया फारसियां समझनी आ। अल्लाह खावे कूड़ आके तन मैं किन्नी बारी आख्या अपनी बोली बार ना बोलिया कर, लोकां नु समझ लगदी जांदी है कि अगला जवाब दे तें दिन अपनी बोली च आपां नु। रन आदि नु चाम बिल्ली होई बैठी है। ओ नथी करा मुस्कान है। सानू नथी दुथी ना करा, सानू पैसे दे नहीं तसी वाजा तेरा चात वागनी सा। लो कर लो गल, वाजा चा के ले जासो ते मैं भला खलो जासा, मैं तुहाडे ते परचा करा सा, 90,000 दा वाजा है मेरा। ਤੇ ਮੈਂ ਵੀ ਤੇਰੇ ਕੋਲੋਂ 70,000 ਰੁਪਇਆ ਲੈਣਾ ਹੈ, ਤੇ 20,000 ਹੋਰ ਦੇ ਕੇ ਤੇ ਵਾਜੇ ਪੱਕਾ ਕਰ ਜਾਸਾ। ਮਸਕਾ ਨਹੀਂ ਤੂੰ ਉੱਚੇ ਬੋਲੇ ਤੇ ਸਾਡੇ ਕੋਲ ਪੈਸੇ ਲੈ ਲੈ ਸੇ, ਕੋਈ ਫੰਕਸ਼ਨ ਆਇਆ ਤਾਂ ਉੱਥੇ ਤਾਂ ਰਮਜ਼ੀ ਲੈ ਜਾ ਸੀ ਤੇ ਪੈਸੇ ਲੈ ਲਵੀ, ਉੱਚਾ ਬੋਲਾ ਸੀ ਪੈਸੇ ਕੋਈ ਦੇਣੇ ਹੈਗੇ। ਤੂੰ ਐਡੀ ਤੇਜ਼ ਨਾ ਬਾਣ, ਸਹੀ ਹੈ ਨਾ ਮੈਨੂੰ 1,000 ਫੰਕਸ਼ਨਾਂ ਤੇ ਲੈ ਕੇ ਗਿਆ, ਤੇ ਜਿਹੜੇ ਪੈਸੇ ਹੁੰਦੇ ਨੇ ਹੜੱਪ ਮਾਰ ਕੇ ਤੇ ਕੋਲ ਰੱਖ ਲੈਂਦੇ ਤੇ ਮੁੜ ਕੇ ਨਾ ਸ਼ਾਮੀ ਦੇਸਾਂ। ਮਸਕਾ 1,000 ਫੰਕਸ਼ਨਾਂ ਤੇ ਲੈ ਕੇ ਗਿਆ ਨਾ ਤੇ ਉੱਥੇ ਤੂੰ ਖਾਲੀ ਕੋਲ ਮੁੜਨੀ ਆਈਏ, ਤੈਨੂੰ 500 1,000 ਸਾਰ ਵਾਲੇ ਨਾਮ ਹੁੰਦੇ ਆ, ਉਹ ਨਹੀਂ ਮੁੱਠ ਚ ਰੱਖਣੀ ਆਈਏ। 5,000 ਵਾਲੇ ਜਿਹੜੇ ਸੂਟ ਪਾਣ ਦੀ ਏ, ਇਹ ਮੇਰੀਆਂ ਹੀ ਕਮਾਈਆਂ ਨੇ ਮੇਰੀਆਂ, ਇਹ ਮੈਂ ਹੀ ਬੁਕਿੰਗ ਫੜੀ ਹੋਈ ਹੁੰਦੀ ਹੈ। ਹੁਣ ਮੈਂ ਤੇਰੀ ਖਾਚ ਖਾਚ ਕੋਈ ਨਹੀਂ ਸੁਣਨੀ, ਚੱਲ ਨੋਮੀ ਅੰਦਰ ਵਾਜਾ ਚੁੱਕ ਤੇ ਚਲੀਏ। ਵਾਜਾ ਨਾ ਚੱਲ ਜੱਟੂ ਦੇ ਪੁੱਛਾ ਲੈ। ਹਾਏ ਹਾਏ ਰਮਜ਼ੀ ਵੇਖ ਇਹ ਕੋਈ ਤਰੀਕਾ ਹੈ ਕਿ ਆਪਣੇ ਅੰਦਰ ਆਣ ਕੇ ਵਾਜਾ ਚੁੱਕੀ ਜਾਂਦੇ, ਅਗਰ ਮੁਸਕਾਨ ਤੇ ਸ਼ਰਮ ਯਾ ਕੋਈ ਨਹੀਂ ਹੈਗਾ। ਖੁਦਾ ਦਾ ਖਾਫ ਕਰੋ, ਬੰਦਾ ਜ਼ਾਇਆ ਕਰ ਦਿੱਤਾ ਜੇ ਹੁਣ। ਅੱਜ ਤੇਰੀ ਇੱਜ਼ਤ ਕੀਤੀ ਜਾਂਦੇ ਅਗਰ ਤੂੰ ਸਾਡੇ ਘਰੇ ਆਇਆ ਬੈਠਾ ਹੈਗਾ, ਤੇ ਮੈਂ ਤੁਹਾਡੇ ਤੇ ਨਾ ਪਰਚਾ ਬੜਾ ਵੱਡਾ ਕਰਵਾ ਸਕਦੀ, ਸਾਡੇ ਅੰਦਰ ਆਣ ਕੇ ਚੋਰੀ ਕੀਤੀ ਹੈ ਨਾ, ਮੇਰਾ ਸੋਨਾ ਚੱਕੇ ਨੇ, ਮੇਰੇ ਪੈਸੇ ਚੁੱਕੇ ਨੇ, ਮੇਰੇ ਕੱਪੜੇ ਲੈ ਗਏ।
तू अकबर बादशाह दी धी नहीं है, तू पीरू मिरासी दी धी है, ते आदि औकात चरई कीती कर। मेरे प्यो दा ना अदब ना लिया कर, मेरे प्यो नु लोकी सद्दे ने उस्ताद पीर बख्श, लोकी कदमा च बह जांदे ने, वड्डे वड्डे महाराजे आण के मेरे प्यो दे ही पैरा च बांधे ते कुटदे आण। बल्ले जी बल्ले, तेरे प्यो दा ना लवण वास्ते पहले वजू ना कर लिया कीता कर। हैं कर लिया कीता कर, फिर की होगा, तेरा सोहरा नहीं हैगा, नाल रिश्ते च तेरा चाचा लगदा है। सोहरा होया के मार खाप गया, उन्हें छड़ो, कोई नवा काम सोचो अगो। हाँ मार खाप गया, तेरे अगले पिछले मरण खपन, उन्होंने बारे गाल करा, तेन किन्नी तकलीफ लग सी पाई। मेरे अंदर दफा कर, तुसी को रोज इदा सोच लो, घर ते शाय का है। मैं जाना पिनन वास्ते का, उठो तो दफा हो तो जाक ले वो रोजी। जी तू नाल हो में ना, तकले चारा ने वाल दे सन, क्योंकि सोनी छुए नाल ले वा। आदी भैन नो अच्छु लेत, उन्हों नाल ले के कर, मंगन पिनन वास्ते, मैं ना लिया कर। ओ मिरासी बान कंजर ना बान है, ओ मिरासी जिन्ना मर्जी भूखा हो जावे, आदी यहीं स्थान उन्हें बाहर कट दा होंदा। चलो सॉरी साजी, खाच बाज गई। खाच बाज गई। लकड़ियां गुट ला के माल नूं जा पट्टे खतने। चंगा कीता ई मेरी शादी हुण पक्की कर छड्डी ई ते होर भरावा गार करे बण जे दो बाल हैं ओंदे कोल ते आपे समझदे बस आ दी किस्मत खासा बाल भी मिंट मार के चाह बना के ना आलू गोभी दा साला नहीं पका। अस्सलाम वालेकुम। वालेकुम सलाम। और मेरा पोतरा बड़ा ही आया। अम्मा सुना, मामे दा किते आड़े आई है? कोई नहीं। बड़ा सोना होए इन्ने वर की छोए रही तो दो बाल नहीं निक्के निक्के बाल ना ले। हां एक पठोरी एक पठोरा ले। ओ बकरी है? ओ नहीं, मेरा उतले कुड़ी एक मुंडा। हां ए कुकी तम निंजा दे आए, चल चीनिया जट्टी नु दस वे कुकी जो शादी करदा दे आई, तेरे ते सोके नंदी सही है। चल फिर मेरे नाल आओ। और एक छोटा मेनू भी लवा। रवा तू हुक्का ना छिकया कर, तेरा नक लम्मा होंदा जांदा है, ओना वे जो तई सूंडा को हाथ को लम्मा ही हो जावे। नहीं होंदा है, मैं गल्ला है, मैं गल्ला नहीं है। ओ बेटा हुक्का देंदा पूछ लेनी, चलते सही। ओ आई होती ओनू आवन दे, तू कोई डर डर ना, मैं आपे गल कर ले, समय बैठी हो नहीं हां सुरे बैठ, एवे ठंडी थले लगो आई ओदन निकल गई। है बाजी साबरा, ए जेड़ी मैं गल सुनेगी के तू कुकी दा रिश्ता लभदी फिरनी है जाके। नी मेरी बहन तू बाज आ तप ना, तन मैं सारी गल दसनी हां। मैं बहना बूना कोई नहीं हैगा, मैनू खड़िया खलोती नु तू गल दस। हां तुसी जांदे ने दा जावे दिन दे टोकन पा जावे टोकन के खुआवे कीड़े जा ले मन सुन। विराद रिश्ता मैं करके आई हां, ठीक है ना? तू तो घर बांधे नहीं है, तू तो टिक दे नहीं है, तेन 5 साल हो गए, तू को बाल बच्चा नहीं जमया, तू रवे तो को बाल बच्चा जमे। नहीं अम्मा तो मैं विराद करने करने मैं विराद और खातर मारना है। नहीं अम्मा तू एक बार सबर कर, नहीं साहब का मामी ना तू तेन ना तू तेरा तू इतने लैन की आई है साढ़े घरे। नहीं तू तो चुप करके खलोत रह गए बच्चा की गल, तो बच्चा तो तेरी नौ के घर भी नहीं आता है। घर बसा
ਮਾਵਾਂ ਨਾਲ ਹੀ ਤੇ ਤੂੰ ਘਰ ਬਵੇਂ ਆ ਹੁਣ ਤੂੰ ਤਪਦੀ ਆਈ ਹੈਗੀਆਂ ਤੂੰ ਤੂੰ ਆਪਦੇ ਘਰ ਚੱਲ ਉੱਥੇ ਤੇਰੇ ਕੋਲ ਇਹਦੇ ਪਿਆਰੇ ਨੇ ਜਾ ਬਸਾਣਾ ਜਦੋਂ ਬਸਾਂਦਾ ਨਹੀਂ ਮੈਂ ਤਾਂ ਬਸਾਂ ਮੈਂ ਨੂੰ ਤੇ ਕਰਨੀ ਤੂੰ ਆਵੇਂ ਕਰਨੀ ਕਿ ਮੈਂ ਤੈਨੂੰ ਕਰਨੀ ਤੇ ਚੱਲ ਲਾ ਦੋ ਮਤਲਬ ਕਿਉਂ ਨਹੀਂ ਆਉਂਦਾ ਤੇਰੇ ਨਾਲ ਕਿਉਂ ਨਾ ਲੱਖੀ ਤੇਰੇ ਨਾਲ ਸੋਹਣੀ ਸੁਣਾਕੀ ਕੱਲ ਦੀ ਬਾਲੜੀ ਜਾਈ ਉਹਨਾਂ ਨੇ ਕਿਹਦੇ ਕਿਦੋ ਬਾਲ ਵੀ ਗਏ ਮਤਲਬ ਹਾਂ ਹੈਗੀ ਉਹ ਬਾਲੜੀ ਤੇ ਦੋ ਬਾਲ ਵੀ ਹੋ ਗਏ ਉਹ ਨਾ ਕਿਦੇ ਕਿੱਥੇ ਬੁੱਝੂ ਬਣ ਕੇ ਬੈਠੇ ਹੋਏ ਆ ਮੈਂ ਤੁਹਾਨੂੰ ਕਦੋਂ ਦੀ ਮੈਂ ਕਹਿ ਰਹੀ ਕਿ ਲੈ ਬਾਓ ਜਾ ਇਹੋ ਚੰਨ ਵਹਾਣਾ ਸੇ ਤੁਸੀਂ ਮੈਨੂੰ ਦਿਨ ਵਹਾਣਾ ਸੇ ਤੇਰੇ ਨੇ ਕੋਨੇ ਤੋਂ ਤਾਂ ਬੋਲਣ ਦੇ ਤਰਦਾ ਕਾਲੇ ਕੋਨੇ ਚਬਾੜੇ ਆ ਕੇ ਹਾਂ ਤੈਨੂੰ ਅਸੀਂ ਹਜ਼ਾਰ ਵਾਰੀ ਆਖਿਆ ਤੂੰ ਚੁੱਪ ਕਰਕੇ ਵਸਦੀ ਰਹੋ ਹਰ ਰੋਜ਼ਾਨਾ ਤੇਰਾ ਕੜਕਾਇਆ ਹੁੰਦਾ ਕਦੀ ਤੂੰ ਕੋਈ ਯਾਰ ਬਣਾਈ ਖਲੀ ਹੋਣੀ ਹੈ ਕਦੀ ਕੋਈ ਯਾਰ ਬਣਾਈ ਤੇਰੇ ਨੇ ਮੁੱਕਦੇ ਆ ਗਏ ਵਸਦੀ ਲਾਣਾ ਤੇ ਤੇਰੇ ਉੱਤੇ ਤੈਨੂੰ ਮੈਂ ਆਪਣੇ ਪੁੱਤਰਾਂ ਦੀ ਜਾਬ ਜਾ ਸਮਝਾ ਤੇ ਤੂੰ ਵੀ ਮੈਨੂੰ ਅੱਖਾਂ ਵਖਾਣ ਲੱਗ ਪਿਆ ਹੈਗਾ ਓ ਮੰਮੀ ਜਦੋਂ ਤੱਕ ਤੂੰ ਮੈਨੂੰ ਆਪ ਦਾ ਸੱਕਾ ਪੁੱਤਰ ਸਮਝਦੀ ਰਹੀ ਹੈ ਉਦੋਂ ਤੱਕ ਤੈਨੂੰ ਮੰਮੀ ਆਪ ਦੀ ਮਾਂ ਸਮਝਦਾ ਰਿਆਂ ਹੁਣ ਜਦੋਂ ਤੂੰ ਸਾਡੇ ਮਾਮੇ ਨੂੰ ਅੱਖਾਂ ਵਿਖਾਈਆਂ ਤੇ ਸਾਫ ਜਾ ਰਿਆ ਸਾਂ ਵੀ ਤੈਨੂੰ ਅੱਖਾਂ ਵਿਖਾਣੀਆਂ ਐਯੋ ਤੇਰੇ ਵਾਸਤੇ ਬਿਹਤਰ ਕੰਮ ਹੈ ਤੂੰ ਨਿਕਲ ਜਾ ਇਹਨੂੰ ਤਾਂ ਇਤਨੀ ਸ਼ਰਮ ਨਹੀਂ ਵੀ ਮਾਵਾਂ ਦੀ ਜਾਬ ਜਾ ਖਲੋਤੀ ਉਹਨਾਂ ਦਾ ਮੈਂ ਹਿਆ ਕਰਨ ਵਾਲਾ ਪਰਲਪਰ ਕੀਤੀ ਜਾਂਦੀ ਤਮੀਜ਼ ਨਾ ਹੁੰਦੀ ਬੰਦਾ ਕੋਈ ਬਹਿ ਕੇ ਗੱਲ ਕਰਦਾ ਹਾਂ ਨਹੀਂ ਜੱਟੇ ਉਸ ਬਾਹਰ ਨਾਲ ਗੱਲ ਨਾ ਕਰ ਮੇਰੇ ਨਾਲ ਗੱਲ ਕਰ ਜੇ ਇਸ ਘਰ ਵਿੱਚ ਰਮਣਾ ਹੈ ਤਾਂ ਰਾਹ ਹੈ ਵਿਰਾਹ ਦੇ ਦੂਏ ਮੈਂ ਸ਼ਾਦੀ ਕਰਨੀ ਕਰਨੀ ਹੈ ਵਾਹ ਨਹੀਂ ਬਾਜੀ ਸਾਬਰਾ ਨਾਲੇ ਤੂੰ ਮੈਨੂੰ ਰੱਖਣੀ ਪਈ ਹੈ ਤੇ ਨਾਲੇ ਮੇਰੇ ਤੇ ਸੌਤਨ ਪਾਣੀ ਪਈ ਹੈ ਇਹ ਕਿਹੋ ਜੀ ਗੱਲ ਤੂੰ ਕਰਨੀ ਪਈ ਹੈ ਇਹ ਤੈਨੂੰ ਸਾਰੇ ਨਾਲ ਹੀ ਗੱਲ ਕਰਦੇ ਤਾਂ ਤੇ ਉਹ ਤੇ ਸੜਦੀ ਨਹੀਂ ਸੌਕੇ ਨੂੰ ਵੇਖ ਵੇਖ ਕੇ ਸੜਦੀ ਰਹੀ ਸੀ ਸਹੀ ਗੱਲ ਤੂੰ ਜਿਨੇ ਕਰਨਾ ਪਿਆ ਮੈਨੂੰ ਸਾੜਦੇ ਨੇ ਪਰ ਮੈਂ ਸੜਦੀ ਕੋਈ ਨਹੀਂ ਤੂੰ ਸੜਦੀ ਨਹੀਂ ਹੈ ਤੇ ਮੇਰੇ ਵਿਰਾਹ ਆ ਤੇ ਨਖੱਟੂ ਨੂੰ ਮਾਰੂ ਐ ਮੋੜ ਸੌਕਣ ਬਰਦਾਸ਼ਤ ਕਰ ਅੱਛਾ ਫਿਰ ਮੈਂ ਵੀ ਐਵੇਂ ਨਹੀਂ ਕਰਨੀ ਕਿ ਮੈਂ ਵੀ ਠੋਕ ਕੇ ਤੁਹਾਡੇ ਤੇ ਪਰਚਾ ਦਵਾਂਗੀ ਤੇਰੇ ਹੱਥ ਲਵਾਵਾਂਗੀ ਹੱਥ ਘੜੀਆਂ ਤੇ ਨਾਲ ਫੜਵਾਵਾਂਗੀ ਤੈਨੂੰ ਤੇ ਜਦੋਂ ਤੂੰ ਚੱਕੀ ਦੀ ਦਾਲ ਪੀਸੇਂਗੀ ਨਾ ਤੇ ਤੈਨੂੰ ਲੱਗ ਪਤਾ ਜਾਣਾ ਚੱਲ ਆ ਮੈਂ ਚੱਲਣਾ ਤੇਰੇ ਨਾਲ ਚੱਲ ਫਿਰ ਮੈਂ मुरीद मैं लगता ਮੇਰੀ ਬਹਿਣ ਆਂਦੀ ਪਈ ਤੇ ਟੀ ਬਾਹਰ ਆ ਜਾ ਮੇਰੀ ਬਹਿਣ ਆ ਗਈ ਮੈਨੂੰ ਚਾਣ ਜਰਸੀ ਦੋ ਗੱਲ ਮੈਂ ਨਾਲ ਲਈ ਹੁੰਦੀ ਆ ਤੂੰ ਪੈਰਾਂ ਦਾ ਪੱਕਾ ਰ ਉੱਠੀ ਮਾਮਾ ਘਰ ਚੱਲੀਏ ਆ ਘਰ ਚਾਵੇ ਬਿਰਾਵਾ ਘਰ ਚਾਵੇ ਮਾਮਾ ਆਏ ਵੇ ਘਰ ਚਾ ਹੁਣ ਤਾਂ ਉੱਠੇ ਨਾ ਚੋਗੋ ਵੱਡਾ ਹੋ ਗਿਆ ਇਧਰ ਹੋਏ ਨਾ ਤੇਰਾ ਹਾਂ ਬਾਜੀ ਸਾਬਰਾਂ ਤੂੰ ਕੀ ਲੈਣ ਆਈ ਨਹੀਂ ਬਹਿਣ ਮੈਂ ਨਾ ਤਮੀਜ਼ ਨਾਲ ਗੱਲ ਕਰੀ ਆਕੜੀ ਉਕੜੀ ਨਾ ਮੈਂ ਤਾਂ ਬਿਰਾਨ ਲੈਣ ਆਈ ਆ ਅੱਛਾ ਜੇ ਤੂੰ ਨਹੀਂ ਨਾ ਮੁੜਦੀ ਹੈਗੀ ਤੇ ਮੈਂ ਪੰਚਾਇਤ ਤੇ ਚਾਰ ਬੰਦੇ ਲੈ ਕੇ ਆਨੀ ਹੈਗੀਆਂ ਤੇ ਇੱਥੇ ਬਹਿ ਕੇ ਗੱਲ ਮੁਕਾਨੀ ਹੈਗੀਆਂ ਕਿ ਮੇਰੀ ਜਿਹੜੀ ਦਨਾਨ ਹੈ ਨਾ ਮੇਰੇ ਤੇ ਸੌਕਣ ਪਾਉਂਦੀ ਪਈ ਹੈ ਚਾਰ ਬੰਦੇ ਨਹੀਂ ਅੱਠ ਬੰਦੇ ਲੈ ਕੇ ਆ ਜਾਵੀਂ ਮੇਰੇ ਬੂਵੇ ਤੇ ਮੈਂ ਬਿਰਾਨ ਨੂੰ ਅੱਜ ਲੈ ਕੇ ਜਾਣਾ ਹੈ ਪੰਚਾਇਤ ਤੇਰੇ ਬੂਵੇ ਤੇ ਨਹੀਂ ਮੇਰੇ ਬੂਵੇ ਦੇ ਉੱਤੇ ਮੁੱਕੇਗੀ ਤੇ ਮੈਂ ਹੁਣੇ ਹੀ ਜਾ ਕੇ ਚਾਰ ਬੰਦੇ ਲੈ ਕੇ ਆਨੀ ਚਾਰ ਕਿ ਤੂੰ ਅੱਠ ਦੀ ਗੱਲ ਕਰਨੀ ਮੈਂ 10 ਬੰਦੇ ਲੈ ਕੇ ਆਵਾਂਗੀ ਅਜਾ ਤੂੰ ਬੰਦਿਆਂ ਦੀਆਂ ਧਮਕੀਆਂ ਦਿੱਤੀ ਜਾਨੀ ਲਾਇਆ ਬੰਦੇ ਅੱਗੇ ਅਸੀਂ ਬੰਦੇ ਕਦੀ ਨਹੀਂ ਵੇਖੇ ਅਸੀਂ ਬੰਦਿਆਂ ਨਾਲ ਹੀ ਗੱਲ ਕਰ ਲਈ ਸਾ ਜਾ ਤੂੰ ਲਾਇਆ ਅੱਗੇ ਸਕੋਰੇ ਡੰਗਰਾਂ 'ਚ ਬਨੇ ਆ ਬੰਦੇ 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 ਜਾ ਤੂੰ ਬੰਦੇ ਵਜਾ ਲਿਆ ਮੈਂ ਆ ਜਾਨੀ ਪਈ ਆ ਤੇ ਲੈ ਕੇ ਵੀ ਆਨੀ ਪਈ ਆ ਤੇ ਤੂੰ ਚਮਚੀ ਦੇ ਮੂੰਹ ਵਾਲੇ ਚੁੱਪ ਕਰਕੇ ਖਲੋਇਆ ਕਰ ਜਾ ਲੈ ਕੇ ਜ਼ਬਾਨ ਨਾ ਮਾਰਿਆ ਕਰ ਮੈਂ ਬੜੇ ਦੇ ਚੁੱਪ ਕੀਤੀ ਹੁਣ ਅਸੀਂ ਚੁੱਪ ਨਹੀਂ ਕਰਨੀ ਅਸੀਂ ਆਏ ਬੈਠੇ ਹੋਇਆ ਲੈ ਜਾਣੇ ਤੂੰ ਬਦਮਾਸ਼ਾਂ ਨੂੰ ਲੈ ਕੇ ਆਮਨੀ ਤੂੰ ਚੁੱਪ ਕਰਕੇ ਖਲੋਵੇਂ ਆਪਣੀ ਬੇਇੱਜ਼ਤੀ ਤਾਂ ਨਾ ਕਰਾਵੇਂ ਆ ਕਿਹੜੀ ਜ਼ਰੂਰਤ ਹੈ ਬੇਇੱਜ਼ਤੀ ਕਰਨ ਦੀ ਮੈਂ ਕਿਹੜੀ ਗੱਟ ਕੀਤੀ ਏ ਗੱਟ ਕੀਤੀ ਚੁੱਪ ਕੀ ਕੀਤੀ ਖੋਤਰੇ ਚੁੱਪ ਕਰਕੇ ਬਾਹਰ ਜਾ ਓਏ ਮਾਮਾ ਹੁਣ ਕੀ ਸੋਚਿਆਈ ਤਿਆਰੀ ਕਰ ਚੱਲ ਗਿਆ ਆਪਾਂ ਹਾਂ ਜਾ ਇਹ ਬੋਤਲਾਂ ਦਾ ਡਾਲਾ ਲਿਆ ਬੋਤਲਾਂ ਪੀ ਲੋ ਤੇ ਮੁੜ ਸੋਚਨੇ ਆ ਹਾਂ ਇਹ ਨਹੀਂ ਲੜਾਈ ਲਾ ਕੇ ਜਾਵਣਾ ਹੈ ਸੋਚਦੇ ਸੋਚਦੇ ਨਹੀਂ ਹੈ ਅਸੀਂ ਇੱਥੇ ਬਵਣ ਕੋਈ ਨਹੀਂ ਹੈ ਮਾਮਾ ਜੀ ਨਾ ਅਸੀਂ ਇੱਥੇ ਬੋਤਲਾਂ ਪੀਵਣ ਆਏ ਆ ਦੱਸ ਲਾ ਹੋ ਜਾਂਦਾ ਤੇ ਸਾਡੇ ਨਾਲ ਟੁਰ ਬੋਤਲਾ ਮਾਰ ਲੱਕੜ ਸ਼ੱਕੜ ਤੇ ਕੱਢ ਆਲੂ ਬਾਹਰ ਭੁੱਖ ਲੱਗੀ ਖੜੋਤੀ ਹੈ ਬੋਤਲਾਂ ਵਿੱਚ ਲੱਕੜ ਨਾ ਮਾਰੀ ਰਮਜ਼ੀ ਆਲੀ ਹੁਣ ਮੈਂ ਆਲੂ ਪਾਇਆ ਕਿ ਤੂੰ ਬਾਹਰ ਕੱਢੋ ਮੈਂ ਆਲੂ ਕੱਚੇ ਨੇ ਅੱਛਾ ਹਾਂ ਜੀ ਆ ਟਾਈਮ ਵੀ ਆਵਣਾ ਹੈ ਜੀ ਤੇ ਰੋਜ਼ਾਨਾ ਕਰੇਲੇ ਗੋਸ਼ਤ ਪੱਕਦੇ ਨੂੰ ਹੁਣ ਆਲੂ ਭੁੰਨ ਕੇ ਖਾਂਦੇ ਪਏ ਆ ਓਏ ਆਲੂ ਓਏ ਤੁਹਾਨੂੰ ਵਾਸਤਾ ਜੀ ਜਲਦੀ ਪੱਕ ਜਾਓ ਤੁਹਾਨੂੰ ਪਾਲਕ ਦਾ ਵਾਸਤਾ ਜੀ ਛੇਤੀ ਪੱਕ ਜਾਓ ਮੈਨੂੰ ਭੁੱਖ ਬੜੀ ਲੱਗੀ ਖਲਤੀ ਮੈਨੂੰ ਬੜੀ ਭੁੱਖ ਲੱਗੀ ਖਲੋਤੀ ਹੈ ਕਿ ਮੇਰੇ ਸਿਰ ਨੂੰ ਪੀਣ ਚੜੀ ਖਲੋਤੀ ਹੈ ਕਿ ਸੁਬਤੀ ਕੋਈ ਚਾਹ ਨਹੀਂ ਕਰਦੀ ਹੈਗੀ ਮਰੇ ਤੂੰ ਤਾਂ ਆਦਾ ਸਿਰ ਲਵਾ ਹੀ ਲੈ ਖਾਂ ਹਾਂ ਲਵਾ ਲੈ ਤੂੰ ਆਦਾ ਸਿਰ ਲਵਾ ਲੈ ਜਦ ਮੇਰੇ
ਸਿਰ ਦਾ ਸਾਈਂ ਬਣਿਆ ਹੋਇਆ ਵੱਡਾ ਸੁਖਰੀ ਜਿੰਨਾ ਤੱਕ ਮਰਦੀ ਨਹੀਂ ਹੋਣਾ ਉਤਨਾ ਤੱਕ ਚੱਲ ਪੀ ਨਹੀਂ ਜਾਂਦੀ ਮੈਂ ਜੁੱਤੀ ਲਾ ਠੋਕ ਸਾ ਮੂੰਹ ਦੋ ਸਬਰ ਕਰੋ ਵਾਲੇਕਮ ਸਲਾਮ ਹਾਂਜੀ ਭਰਾ ਰਮਜ਼ੀ ਮੈਨੂੰ ਤੇਰੇ ਨਾਲ ਇੱਕ ਕੰਮ ਹੀ ਗਿਆ ਕੀ ਕੰਮ ਹੈ ਮਾਰੇ ਮਿਹਰਬਾਨੀ ਹੈ ਤੇਰੀ ਮੈਂ ਇਸ ਲਈ ਤੇਰੇ ਬੂਵੇ ਤੇ ਆਈ ਹੈਗੀਆਂ ਦੱਸ ਹੁਕਮ ਕਰ ਕੀ ਕੰਮ ਹੈ ਸਾਡੇ ਕੋਲ ਆਟਾ ਨਾ ਮੰਗ ਲੈ ਸਾਡੇ ਤਾਂ ਅੱਗੇ ਟੈਂਕੀ ਖਾਲੀ ਹੈ ਨਹੀਂ ਵੇ ਮੈਂ ਕੁਛ ਨਹੀਂ ਮੰਗਦੀ ਹੈਗੀ ਕਣਕ ਦੀਆਂ ਬੋਰੀਆਂ ਤੇ ਮੈਂ ਤੁਹਾਨੂੰ ਦੋ ਦੇਵਾਂਗੀ ਤੁਸੀਂ ਬਸ ਮੇਰਾ ਕੰਮ ਕਰ ਦਿਓ ਮੌਲਾ ਖੁਸ਼ ਰੱਖੇ ਬਾਗ ਲੱਗੇ ਰਹਿਣ ਮੇਰੇ ਪਰਬਾਂ ਦੀ ਖੈਰ ਹੋਵੇ ਜ਼ਿਆਦਾ ਖੁਸ਼ ਹੋਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਦਾਣਿਆਂ ਦੀ ਦੋ ਬੋਰੀਆਂ ਦਿੰਦੀ ਪਈ ਕਰੇਲੇ ਕੁਛ ਨਹੀਂ ਦਿੰਦੀ ਵੀ ਜਿਹੜੇ ਤੂੰ ਖਾਣੇ ਤੁੰਨੇ ਉਹ ਤੇਰਾ ਤਾਂ ਦਿਮਾਗ ਨਹੀਂ ਸਹੀ ਉਹ ਦਾਣੇ ਦੇਸੀ ਹੁੰਦਾ ਆਟਾ ਪਿਵਾਸ ਹੈ ਰੋਟੀ ਖਾ ਲਈ ਸੈਂ ਆਲੂਆਂ ਨਾਲ ਤਾਂ ਰੋਟੀ ਚੰਗੀ ਹੈ ਨਾ ਮਰਚਾਂ ਨਾਲ ਰੋਟੀ ਤਾਂ ਖਾਧੀ ਜਾ ਸਕਦੀ ਹੈ ਮੈਂ ਕਿਹਾ ਚੌਧਰਾਣੀ ਜੀ ਹੁਕਮ ਕਰੋ ਕੀ ਕੰਮ ਹੈ ਮੈਂ ਤਾਂ ਤੁਹਾਡੀ ਖਾਤਰ ਜਾਨ ਵੀ ਦੇ ਸਕਦਾ ਭਰਾਵਾ ਹੁਕਮ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਬਸ ਇੱਕ ਰਿਕੁਐਸਟ ਹੀ ਹੈਗੀ ਤੇ ਰਿਕੁਐਸਟ ਮੇਰੀ ਇਹ ਹੈਗੀ ਹੈ ਕਿ ਜਿਹੜੀ ਮੇਰੀ ਨਨਾਣ ਸਾਬਰਾ ਹੈਗੀ ਹੈ ਨਾ ਉਹ ਜਿਹੜਾ ਹੈ ਨਾ ਮੇਰੇ ਬੰਦੇ ਨੂੰ ਵਸਣ ਨਹੀਂ ਦਿੰਦੀ ਪਈ ਤੇ ਮੇਰੇ ਉੱਤੇ ਸੌਕੜ ਪਾਉਂਦੀ ਪਈ ਹੈ ਲੋ ਕਰ ਲੋ ਗੱਲ ਚੌਧਰਾਣੀ ਜੀ ਇਹ ਤੁਹਾਡੇ ਜ਼ਿਮੀਦਾਰਾਂ ਦੇ ਮਾਮਲੇ ਨੇ ਕਿਸੇ ਜ਼ਿਮੀਦਾਰ ਦੇ ਬੂਏ ਤੇ ਲੈ ਕੇ ਜਾਓ ਅਸੀਂ ਮਰਾਸੀਆਂ ਨੇ ਨਾ ਹੱਲ ਕਰਨੇ ਨੇ ਜਿਹੜੇ ਖਾਨ ਸਾਹਿਬ ਹੁੰਦੇ ਨੇ ਨਾ ਉਹ ਸਭ ਤੋਂ ਤੇਜ਼ ਕੌਮ ਹੁੰਦੀ ਏ ਤੇ ਤੁਸੀਂ ਤਾਂ ਮੇਰਾ ਮਿੰਟਾਂ 'ਚ ਕੰਮ ਕਰ ਦੇਣਾ ਤੇ ਇਹ ਫੜ ਲੰਗਰ ਤੇ ਪੂਰਾ 16,000 ਏ ਕੰਬੀ ਕੇ ਲਾਉਣਾ ਏ ਓਏ ਇੰਨੇ ਅਰਸੇ ਬਾਅਦ ਨੋਟ ਵੇਖਣ ਐਡੀ ਲੰਮੀ ਰਕਮ ਵੇਖੀ ਏ ਹੁਣ ਮੈਨੂੰ ਮੋਰਕਾ ਨਾ ਹੋ ਜਾਵੇ ਨਹੀਂ ਹੁੰਦਾ ਮੈਂ ਫੜ ਲੈਣੀ ਆ ਓਏ ਤੂੰ ਫੜ ਲੈ ਇੰਨਾ ਲਓ ਜੀ ਚੌਧਰਾਣੀ ਜੀ ਤੁਹਾਡਾ ਕੰਮ ਹੁਣ ਚਿੰਟਾਂ ਪਿੰਟਾਂ ਦੇ ਵਿੱਚ ਹੋਵੇਗਾ ਖਾਨ ਸਾਹਿਬ ਪੈਸੇ ਵੇਖ ਕੇ ਤੁਹਾਡੀ ਤਾਂ ਜ਼ੁਬਾਨ ਹੀ ਥਥਲਾਣ ਲੱਗ ਪਈ ਏ ਉਸ ਬਾਤ ਬੜੇ ਦਿਆਂ ਬਾਤ ਪੈਸੇ ਵੇਖੇ ਨਾ ਤਾਂ ਬੁਦਲਿੰਜਾ ਖਲਾ ਯਾ ਲਈ ਪੁੱਤਰ ਮੈਂ ਕਿਧਰੇ ਗੁੰਗਾ ਹੀ ਨਾ ਹੋ ਜਾਵਾਂ ਅੱਛਾ ਤੇ ਫਿਰ ਇਹ ਪੈਸੇ ਮੈਨੂੰ ਦੇ ਦੇ ਤੁਸੀਂ ਤਾਂ ਇੱਥੇ ਗੁੰਗੇ ਹੋ ਰਹੇ ਤੇ ਉੱਥੇ ਜਾ ਕੇ ਗੱਲ ਕੀ ਪੰਚਾਇਤ 'ਚ ਕਰਨੀ ਏ ਤੁਸੀਂ ਟੈਨਸ਼ਨ ਨਾ ਲਓ ਮੈਦਾਨ ਦੇ ਵਿੱਚ ਜਦੋਂ ਸਾਨੂੰ ਛੱਡੋਗੀ ਸਾਡੀਆਂ એનર્ਜੀਆਂ ਵੇਖੀ ਹਾਂਜੀ ਚੁਦਰਾਣੀ ਸਾਹਿਬ ਮੈਂ ਆਪ ਜਾ ਸਭੀ ਭਰਨ ਦੇ ਵਿੱਚ ਮੈਂ ਖੁਦ ਬੋਲ ਸਾ ਤੁਹਾਡੇ ਨਾਲ ਖਲੋ ਕੇ ਤੁਹਾਡੇ ਹੱਕ ਦੇ ਵਿੱਚ ਬੋਲਾਂਗੇ ਤੇ ਇੰਜ ਬੋਲਾਂਗੇ ਜਿਵੇਂ ਬੇਨਜ਼ੀਰ ਖਿਤਾਬ ਕਰਦੀ ਹੈ ਹਾਂਜੀ ਅੱਛਾ ਹਾਂ ਚੁਦਰਾਣੀ ਅਸੀਂ ਛੋਡੇ ਲਾ ਦੀ ਸਾਂ ਤੂੰ ਟੈਨਸ਼ਨ ਕਿਉਂ ਲੈਣੀ ਚਲੋ ਹਲਾ ਫਿਰ ਮੈਂ ਖੁਸ਼ੀ ਖੁਸ਼ੀ ਜਾਵਾਂ ਹਾਂ ਤੂੰ ਪਰੇਸ਼ਾਨ ਨਾ ਹੋ ਤੇ ਸਾਨੂੰ ਨਾਲ ਲੈ ਕੇ ਜਾ ਨਾ ਹਾਂ ਚਲੋ ਫਿਰ ਮੇਰੇ ਨਾਲ ਸਾਰਾ ਮਾਮਲਾ ਹੱਲ ਕਰਦੇ ਆਂ ਹਾਂ ਹਾਂ ਚਲੋ ਕਿ ਮੈਂ ਬੰਦੇ ਲਈ ਆਉਂਨੀਆ ਮਗਰੂ ਮਿਰਾਸੀ ਲੈ ਕੇ ਆਈ ਖੜੀ ਹੈ ਚੁੱਪ ਕਰ ਮਰੇ ਤੇਰੇ ਦੰਦ ਵੱਜਣ ਖੋਤੇ ਵਾਲੇ ਉਹ ਮੈਂ ਕਿਹਾ ਮਾਈ ਸਾਬਰਾ ਅਸੀਂ ਮਸਕੀਨ ਲੋਕ ਤੇਰੇ ਕੋਲ ਚੱਲ ਕੇ ਆ ਗਏ ਆ ਫਰਿਆਦ ਲੈ ਕੇ ਤੇ ਮਿਹਰਬਾਨੀ ਤੇਰੀ ਸਾਡੀ ਫਰਿਆਦ ਮੰਨ ਲੈ ਤੈਨੂੰ ਵਾਸਤਾ ਹੀ ਗਮ ਹੈ ਸ਼ਾਹ ਦਾ ਪਿਛਲੇ ਪਾਰੀ ਦੀ ਕਬਰ ਚ ਲੱਤਾਂ ਹੈਗੀਆਂ ਆਦੀ ਸਵਾਣੀ ਨੂੰ ਖੁਸ਼ ਰੱਖੇ ਖਾ ਜਿਹੜੇ ਕੋਈ ਆਖਰੀ 4 ਦਿਨ ਇਸੇ ਆਦੀ ਸਵਾਣੀ ਦੇ ਨਾਲ ਇਹਨੂੰ ਗੁਜ਼ਾਰਨ ਦਿਓ ਵੇ ਕਾਕਾ ਮਰਦ ਨੂੰ 4-4 ਸ਼ਾਦੀ ਕਰਨ ਦੀ ਇਜਾਜ਼ਤ ਹੈ ਇਹਦੇ ਚ ਬੱਚੇ ਨਹੀਂ ਹੋਏ ਤੇ ਮੈਂ ਤਾਂ ਦੇ ਵਿਰਾਹ ਦੀ ਸ਼ਾਦੀ ਕਰਦੀ ਪਈਆਂ ਤੇ ਇਹਦੀ ਸ਼ਾਦੀ ਕਹਿੰਦੇ ਫੰਕਸ਼ਨ ਤੁਹਾਡੇ ਕੋਲ ਕਰਵਾਉਣਾ ਹੈ ਹਾਂ ਅਸੀਂ ਬਧੀਆਂ ਹਜ਼ਾਰ ਵਾਲੀਆਂ ਕਾਪੀਆਂ ਉਡਾਵਣੀਆਂ ਨੇ ਉੱਥੋਂ ਆ ਫੜਾ ਦੇ 15,000 ਰੁਪਇਆ ਸਾਨੂੰ ਤੂੰ ਖਰੀਦ ਲਿਆ ਅਸੀਂ ਸ਼ਾਦੀ ਕਰਾਵਾਂਗੇ ਤੇ ਸ਼ਾਦੀ ਵੇਖਾਂਗੇ ਓ ਬੀਬੀ ਤੂੰ ਆਦੇ ਬਰਾ ਦੀਆਂ 4-4 ਸ਼ਾਦੀਆਂ ਕਰ ਜਦੋਂ ਸ਼ਰੀਅਤ ਇਜਾਜ਼ਤ ਦਿੰਦੀ ਪਈ ਤੇ ਰੋਕ ਕੌਣ ਸਕਦਾ ਜ਼ਿੰਦਾਬਾਦ ਵੇ ਮਰਾਸੀ ਜ਼ਿੰਦਾਬਾਦ ਆ ਗੱਲ ਕੀਤੀ ਨੇ ਨਾ ਹਲਾਲ ਦੀਆਂ ਵਾਲੀ ਹਾਂ ਮਾਂ ਮਰਾਸੀ ਗੱਲ ਦਾ ਪੱਕਾ ਹੈ ਕਿ ਹਲਾਲ ਦੀਆਂ ਵਾਲੀ ਕਰਦਾ ਤੇ ਇੱਕ ਦਾ ਕੱਟਦਾ ਤੇ ਦੂਵੇ ਦਾ ਸੈਂਦਾ ਤੇ ਆ ਬੱਚਾ ਵੀ ਗੁਰ ਦੀ ਗੱਲ ਹੈ ਹੁਣ ਮੇਰੀ ਅੱਖਾਂ ਖੁੱਲੀਆਂ ਹੁਣ ਮੈਂ ਸ਼ਾਦੀ ਕਰਾਂਗਾ ਤਾਂ ਆਪਣੀ ਨਸਲ ਵਧਾਵਾਂਗਾ ਤੂੰ ਬੜਾ ਨੀਲੀ ਦਾ ਝੋਟਾ ਜਿਹੜਾ ਨਸਲ ਵਧਾਈਂਦਾ ਤੇ ਆ ਚਲੋ ਤੂੰ ਨਸਲ ਵਧਾ ਤੇ ਮੈਂ ਵੀ ਤੇਰੇ ਤੇ ਠੋਕ ਕੇ ਪਰਚਾ ਦੇਵਾਂਗੀ ਜਿੰਨੇ ਮਰਜ਼ੀ ਪਰਚੇ ਕਰਾ ਹੁਣ ਨਸਲ ਵੀ ਵਧੇਗੀ ਤੇ ਫਸਲ ਵੀ ਵਧੇਗੀ ਆ ਜਾ ਮਾਈ ਸਾਬਰਾ ਆਪਾਂ ਚਲੀਏ ਪ੍ਰੋਗਰਾਮ ਦੀ ਤਿਆਰੀ ਕਰੀਏ ਚਲਾ ਦੇ ਮੇਰਾ ਬਾਬਾ ਜੀ ਚਲਾ ਦੋ ਧੂਮ ਧਾਮ ਨਾਲ ਸ਼ਾਦੀ ਕਰ ਲਾਂਡੀ ਬੈਣ ਨੇੜਾ ਜੰਦੇ ਗੁਨਾਹ ਕੋਈ ਨੂੰ ਮਾਮਾ ਵੀ ਆਲੇ ਘਰ ਜਾਣਾ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਮਾਮਲਾ ਤੈਅ ਪਾ ਗਿਆ ਹਾਂ ਤੁਸੀਂ ਕਿਤੇ ਸਾਡੇ ਬਗੈਰ ਆ ਗਏ ਨੇ ਅਸੀਂ ਤੁਹਾਡੇ ਕੋਲ ਬਿਆਨਾ ਲਵਣ ਆਇਆ ਪ੍ਰੋਗਰਾਮ ਵਾਸਤੇ ਹਾਂਜੀ ਤਾਂ ਕਿ ਸਾਨੂੰ ਅੱਗੇ ਫੰਕਸ਼ਨ ਆਵੇ ਤਾਂ ਅਸੀਂ ਕਿਸੇ ਫੰਕਸ਼ਨ ਤੇ ਜਾਈਏ ਨਾ ਮੈਂ ਆਦੇ ਸਾਈ ਨੂੰ ਤੁਹਾਡੇ ਨੇ ਗੱਲਾਂ ਮੇਰਾ ਪੁੱਤਰ ਘੰਟੇ ਕੁ ਨੂੰ ਆਜ ਵੀ ਆ ਤੇ ਆਣ ਕੇ ਬਿਆਨਾ ਲਾ ਜੇ ਵੀ ਆ ਕਿਉਂ ਪੈਸੇ ਨਾਲ ਬੱਧੇ ਤੇ ਖੁੱਲੇ ਕਰਵਾ ਲਿਓ ਚਲ ਕੋਈ ਗੱਲ ਨਹੀਂ ਇਹ ਤਾਂ ਮਸਲਾ ਹੀ ਕੋਈ ਆਪਾਂ ਚੱਲਦੇ ਆ ਮੁਸਕਾਨ ਕੋਲ ਉਹਦੇ ਕੋਲ ਆਪਣਾ ਵਾਜਾ ਚਾਹੀਏ ਤੇ ਨਾਲੇ ਆ ਕੇ ਨਾ ਕੋਈ ਬਿਆਨਾ ਲੈ ਲਈ ਠੀਕ ਹੈ ਚਲੋ ਚਲੀਏ ਆ ਜਾ
ਵਾਜਾ ਤੇ ਮੇਰੇ ਕੋਲ ਚਵਾ ਲੈਂਦਾ ਈ ਇਹ ਵਜਾਣਾ ਤੂੰ ਮੈਨੂੰ ਆਂਦਾ ਨਹੀਂ ਪਿਆ ਦੱਸ ਕੀ ਕਰੀ ਵਜਾਣਾ ਤੈਨੂੰ ਨਹੀਂ ਆਂਦਾ ਪਿਆ ਤੇ ਮੈਨੂੰ ਕਿਹੜਾ ਆਂਦਾ ਹੈ ਮੇਰਾ ਤੇ ਦਿਲ ਕਰਦਾ ਆਪਾਂ ਇਹਦੇ ਵਿੱਚ ਸੋਰ ਕਢਾ ਕੇ ਨਾ ਤੇ ਜਿਹੜਾ ਆਪਾਂ ਬੱਕਰਾ ਲਿਆ ਉਹਦੇ ਵਾਸਤੇ ਖੁਰਾਣੀ ਬਣਾ ਲਵੀਏ ਕਿਵੇਂ ਕਰਨੇ ਆ ਓਹੋ ਮੁਸਕਾਨ ਕਿਉਂ ਹੋਈ ਬੈਠੀ ਹੈ ਪਰੇਸ਼ਾਨ ਅਸੀਂ ਆ ਗਏ ਆਦਾ ਵਾਜਾ ਲਵਣ ਵਾਸਤੇ ਤੇ ਨਾਲੇ ਤੇਰੇ ਵਾਸਤੇ ਪ੍ਰੋਗਰਾਮ ਲੈ ਕੇ ਆਇਆ ਬੜਾ ਵੱਡਾ ਸਾਰਾ ਗੱਲ ਸੁਣ ਮੇਰੀ ਅੱਗੇ ਮੈਂ ਤੇਰੇ ਨਾਲ ਫੰਕਸ਼ਨ ਕੀਤੇ ਨੇ ਤੇ ਧੋਖੇ ਵਿੱਚ ਰਹੀ ਆ ਲਿਆਜ਼ਾ ਮੈਂ ਹੁਣ ਤੇਰੇ ਨਾਲ ਨਹੀਂ ਜਾਣਾ ਕਿਸੇ ਹੋਰ ਬੂਏ ਤੇ ਵਗ ਜਾ ਤੇ ਉਹਨਾਂ ਨੂੰ ਲੈ ਕੇ ਤੇ ਨਾਲ ਜਾ ਲੋ ਖਾਨ ਸਾਹਿਬ ਤੁਹਾਡਾ ਵਿਆਹ ਚੰਗਾ ਹੋਵੇ ਤੇ ਤੁਹਾਡੇ ਮੂੰਹ ਦੇ ਉੱਤੇ ਲੋਕੀ ਜਵਾਬ ਕਿਉਂ ਦੇਵਣ ਹੁਣ ਸੁਣ ਲਾਉਂਦੀਆਂ ਗੱਲਾਂ ਮੇਰਾ ਵਿਆਹ ਚੰਗਾ ਨਹੀਂ ਮੇਰਾ ਤਰਲਾ ਤਾਂ ਚੰਗਾ ਨਾ ਉਹ ਮੁਸਕਾਨ ਉਹ ਤੈਨੂੰ ਵਾਸਤਾ ਹੀ ਆ ਤੇਰੇ ਵਾਲਾਂ ਦਾ ਜੇ ਤੂੰ ਮੇਰੀ ਗੱਲ ਨਾ ਮੰਨੀ ਤੂੰ ਗੰਜੀ ਹੋ ਜਾਣਾ ਹੈ ਮਾਈ ਸਾਬਰਾ ਆਦੇ ਬਰਾ ਦੀ ਸ਼ਾਦੀ ਕਰਦੀ ਪਈ ਪਿਛਲੇ ਪਾਰੇ ਹਜ਼ਾਰ ਹਜ਼ਾਰ ਦੀ ਤਾਂ ਉੱਥੇ ਵੇਹ ਲਾਉਣੀ ਹੈ ਜੇ ਗੱਲ ਹੈ ਨਾ ਤੇ ਮੈਂ ਤੇਰੇ ਨਾਲ ਚੱਲਣੀ ਆ ਲੇਕਿਨ ਉੱਥੇ ਪੈਸੇ ਮੇਰਾ ਬੰਦਾ ਚੁੱਕੇਗਾ ਤੁਹਾਨੂੰ ਤਾਂ ਸਾਡੇ ਤੇ ਇਤਬਾਰ ਕੋਈ ਨਹੀਂ ਨਾ ਸਾਨੂੰ ਤੁਹਾਡੇ ਤੇ ਇਤਬਾਰ ਹੈ ਤੂੰ ਆਪਣੇ ਬੰਦੇ ਕੋਲ ਚੁਕਵਾ ਲਈ ਪੈਸੇ ਚੱਲ ਠੀਕ ਹੈ ਆ ਚੁੱਕ ਵਾਜਾ ਤੇ ਚੱਲੀਏ ਆਪਾਂ ਆਜੋ ਆਜੋ ਹੁਣੇ ਬਿਆਨਾ ਫੜੀਏ ਤੇ ਰਿਆਜ਼ ਕਰਕੇ ਤੇ ਕੰਮ ਸ਼ੁਰੂ ਕਰੀਏ ਅੱਜ ਰਾਤ ਨੂੰ ਪੁੱਤਰੇ ਬੜੀ ਇਤਿਆਤ ਨਾਲ ਚਾਵਣਾ ਬੜਾ ਮਹਿੰਗਾ ਵਾਜਾ ਈ ਇਹਦੇ ਸੁਰ ਉੱਤੇ ਥੱਲੇ ਨਾ ਕਰ ਦੇਵੀਂ ਬੇਫਿਕਰ ਹੋ ਜਾ ਤੂੰ ਚੱਲ ਆ ਜਾ ਰਮਜੀ ਇੰਜ ਚਾਹ ਜਿਵੇਂ ਟਰੇ ਦੇ ਵਿੱਚ ਪਲੇਟ ਦੇ ਵਿੱਚ ਚਾਹ ਨਹੀਂ ਬੰਦਾ ਚਾਹ ਕੇ ਟੁਰਦਾ ਅਮਾ ਵੇਖ ਲੈ ਮਿਰਾਸੀ ਨਾਲ ਖੁਸਰੇ ਨੂੰ ਲਈ ਆਉਂਦਾ ਈ ਤਾਂ ਵਾਜਾ ਹੀ ਚਾਹ ਲੈ ਆਉਂਦੇ ਤੂੰ ਚੁੱਪ ਕਰ ਆਵਣ ਦੇ ਉਹਨਾਂ ਗੱਲ ਮੈਂ ਆਪੇ ਕਰ ਲੈਸਾਂ ਸਲਾਮ ਓਏ ਮਾਈ ਸਾਹਿਬ ਵਾਲੇਕਮ ਸਲਾਮ ਤੇ ਮਿਰਾਸੀ ਜਾਇਆ ਕਿਵੇਂ ਖੁਸਰੇ ਲੈ ਕੇ ਆ ਗਿਆ ਹੈ ਉਹ ਪ੍ਰੋਗਰਾਮ ਵਾਸਤੇ ਆਇਆ ਹਾਂ ਬਿਆਨਾ ਲੈਣ ਵਾਸਤੇ ਅਸੀਂ ਰਿਆਜ਼ ਕਰਨੀ ਹੈ ਉੱਥੇ ਸ਼ਾਮੀ ਪ੍ਰੋਗਰਾਮ ਨਹੀਂ ਕਰਨਾ ਉਹਨ ਪਾ 500 ਰੁਪਈਆ ਨਾਲ ਤੋਂ ਆਪ ਤਾਂ ਆਖਿਆ ਵੀ ਘੰਟੇ ਤੋਂ ਬਾਅਦ ਆ ਜਿਵੇਂ ਤੁਹਾਨੂੰ ਬਾਇਨਾ ਦਿਸਾ ਅੱਧਾ 500 ਰੁਪਈਆ ਤੇ ਅਸੀਂ ਫੰਕਸ਼ਨ ਕੋਈ ਨਹੀਂ ਕਰਵਾਉਣਾ ਅਸੀਂ ਮਿਲਾਦ ਕਰਵਾਉਣਾ ਫਟੇ ਮੂੰ ਮਾਈ ਮੇਰਾ ਜਿਹਨੇ ਤੇਰੇ ਤੇ ਇਤਬਾਰ ਕੀਤਾ 16,000 ਰੁਪਈਆ ਵੀ ਵਾਪਸ ਕੀਤਾ ਦੋ ਮਣ ਦਾਣੇ ਵੀ ਚਲਾ ਸੁਗਰੀ ਚਲੀਏ ਕਿਦੇ ਆਲੂ ਪੱਕ ਗਏ ਹੁਣ ਹੈ ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।